ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਬਾਬਾ ਜੀ ਕੀ ਹਾਲ ਹੈ الحمدللہ ਬਈ ਸੇ ਠੀਕ ਹੈ ਅੱਲਾ ਕਾ ਕਰੇ ਬਖ ਅੱਛਾ ਤੁਸੀਂ ਸਬਜ਼ੀ ਦਾ ਸਮਝ ਲਓ ਕਿ ਤੁਸੀਂ ਕਾਫੀ ਦੇਰ ਸਬਜ਼ੀ ਕਾਸ਼ਤ ਕਰਦੇ ਰਹੇ ਹੋ ਹਾਂ ਜੀ ਆਪਣੇ ਕੋਟ ਦੂ ਕੋਟ ਤੁਸੀਂ ਨਾ ਚੱਪਾ ਪਾਦਾ ਤੇ ਕਿਤਨੇ ਸਾਲ ਉੱਥੇ ਸਬਜ਼ੀ ਦਾ ਕੰਮ ਵਗੈਰਾ ਕਰਦੇ ਰਹੇ ਸਬਜ਼ੀ ਦਾ ਕੰਮ ਤਾਂ 12 ਮਹੀਨੇ ਚੱਲਦਾ ਰਹਿੰਦਾ ਹੈ ਅੱਛਾ 12 ਮਹੀਨੇ ਚੱਲਦਾ ਰਹਿੰਦਾ ਇਹ ਮੈਂ ਗਾਜਰਾਂ ਜਿਹੜੀਆਂ ਨੇ ਇਹ ਬੀਜੀਆਂ ਨੇ ਇਹ ਨਾ ਜ਼ਰਾ ਮੋਟੀਆਂ ਨਹੀਂ ਥੱਲੇ ਹੋ ਰਹੀਆਂ ਨਾ ਇਹਦਾ ਉੱਤੇ ਲਟਾੜ ਦੇ ਇਹਨਾਂ ਨੂੰ ਬਿਲਕੁਲ ਖਤਮ ਕਰ ਦੇ ਰਹੇ ਅੱਛੇ ਉੱਤੇ ਪੱਤੇ ਇਹਦੇ ਦੇ ਅੱਛਾ ਥੱਲੇ ਦੇਖੀ ਫਿਰ ਮੋਟੀ ਹੁੰਦੀ ਅੱਛਾ ਫਿਰ ਇਹ ਗਾਜਰ ਮੋਟੀ ਹੋ ਜਾਏਗੀ ਹਾਂ ਬਿਹਤਰੀਨ ਤੇ ਇਹ ਉੱਤੋਂ ਲਟਾੜਨ ਦਾ ਕੀ ਮਕਸਦ ਹੈ ਉੱਪਰ ਫਿਰ ਉੱਤੇ ਜ਼ੋਰ ਕਰਦੀ ਹੈ ਨਾ ਹਾਂਜੀ ਫਿਰ ਜ਼ੋਰ ਨਹੀਂ ਕਰਨੀ ਥੱਲੇ ਜ਼ੋਰ ਲਾਵਾਂਗੀ अच्छा अच्छा अच्छा, अच्छा फिर नीचे गाजर मोटी हो जाएगी हां वो क्या बनेगी नीचे जड़ी दस रहे से गाजर बनेगी अच्छा 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 आओ दसो ना दिखाओ सानू किस तरह ਤੁਸੀਂ ਉਹ ਮੋਟੀ ਕਰ ਰਹੇ ਸੀ अच्छा ए, 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 अच्छा 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 ए ए देखो जी ਤੁਹਾਡੇ ਸਾਹਮਣੇ ਆ ਬਾਬਾ ਜੀ ਹੁਣੀ ਇੱਕ ਗਾਜਰ ਉੱਤੋਂ ਜਿਹੜੀ ਹੈ ਨਾ ਇਹ ਕਾਫੀ ਜ਼ਿਆਦਾ ਹਾਈਟ ਦੇ ਵਿੱਚ ਸੀ ਬਾਬੇ ਹੁਣਾਂ ਨੇ ਇਹ ਲਟਾਰ ਦਿੱਤੀ ਨਾ ਇਹ ਦੇਖੋ ਇਹ ਸਾਰੀ ਹੁਣ ਲਤਾੜਤੀ ਆ ਬਾਬੇ ਜੀ ਉਹਨਾਂ ਨੇ ਗਾਜਰ ਇਹ ਹੁਣ ਨੀਚੇ ਕਿਆ ਬਣੇਗੀ ਗੱਗਰ ਬਣੇਗੀ ਕਿਆ ਕਹਿ ਰਹੇ ਸੀ ਗਜ਼ਰ ਮੋਟੀ ਬਣੇਗੀ ਮੋਟੀ ਅੱਛਾ ਮੋਟੀ ਹੋਏਗੀ ਹਾਂ ਸੁਰਖ ਲਾਲ ਵੀ ਹੋਏਗੀ ਨਾਲ ਬਿਲਕੁਲ ਅੱਛਾ 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 ਯਾਨੀ ਕਿ ਜੋ ਵੀ ਗਾਜਰ ਜਿਹੜੀ ਕੱਦ ਉੱਪਰ ਨੂੰ ਜਾ ਰਿਹਾ ਹੋਵੇ ਹਾਈਟ ਜ਼ਿਆਦਾ ਹੋਵੇ ਤੇ ਪੱਤੇ ਜ਼ਿਆਦਾ ਉਹ ਉੱਪਰੋਂ ਲਤਾੜ ਦਿਓ ਸਟਾਰ ਜੋ ਥੱਲੇ ਜ਼ੋਰ ਮਾਰਾਂਗੇ ਅੱਛਾ ਫਿਰ ਥੱਲੇ ਜ਼ੋਰ ਮਾਰੇ ਗਾਜਰ ਬੜੀ ਹੋ ਜਾਏਗੀ ਮੋਟੀ ਹੋ ਜਾਏਗੀ ਇਨਸ਼ਾਅੱਲਾ ਅੱਛਾ ਤੁਹਾਡਾ ਹੈ ਚ ਤਜਰਬਾ ਇਨਸ਼ਾਅੱਲਾ ਚਲੋ ਠੀਕ ਹੈ ਜੀ ਇਹ ਮੈਸੇਜ ਦਿਓਗੇ ਨਾ ਕਿ ਅਗਰ ਕਿਸੇ ਦੀ ਗਾਜਰ ਤੁਸੀਂ ਦੱਸ ਦੋ ਇੱਥੇ ਤਾਂ ਕਿ ਸਾਰੇ ਸੁਣ ਲੈਣ ਕਿ ਕਿਸੇ ਦੀ ਗਾਜਰ ਮੋਟੀ ਨਾ ਹੁੰਦੀ ਹੋਵੇ ਉਹ ਇਸ ਤਰ੍ਹਾਂ ਇਹ ਤਰੀਕਾ ਅਜ਼ਮਾਉਣ। ਇਹ ਤਰੀਕਾ ਲਿਟਾਰਨ ਦਾ ਤਰੀਕਾ ਹੈ। ਲਿਟਾਰਨ ਦਾ। ਅੱਛਾ। ਹਾਂ ਲਿਟਾਰ ਦੋ ਨੂੰ। ਚਲੋ ਠੀਕ ਮਿਹਰਬਾਨੀ ਥੈਂਕ ਯੂ ਜਨਾਬ। ਅਗਰ ਕਿਸੇ ਦੀ ਗਾਜਰ ਮੋਟੀ ਨਾ ਹੁੰਦੀ ਹੋਵੇ ਉੱਪਰ ਨੂੰ ਜ਼ੋਰ ਕਰੀ ਹੋਵੇ ਤੇ ਇਹ ਬਾਬਾ ਜੀ ਦੱਸ ਰਹੇ ਨੇ ਕਿ ਉਹਦੇ ਉੱਤੋਂ ਜਿਹੜੇ ਪੱਤੇ ਨੇ ਉਹਨੂੰ ਲਿਟਾਰ ਦੋ ਨੂੰ ਤਾਂ ਕਿ ਉਹ ਬਜਾਏ ਉੱਪਰ ਨੂੰ ਗ੍ਰੋਥ ਕਰਨ ਤੇ ਉਹ ਨੀਚੇ ਗ੍ਰੋਥ ਕਰੇਗੀ ਗਾਜਰ ਮੋਟੀ ਹੋਏਗੀ। ਤੇ ਇਨਸ਼ਾਅੱਲਾ ਜਿਹੜਾ ਨਾ ਉਹ ਬਾਬੇ ਹਣਾ ਦਾ ਬੜਾ ਤਜਰਬਾ ਇਹ ਜੋ ਦਾਸਰੇ ਤੁਹਾਨੂੰ ਸਹੀ ਦਾਸਰੇ ਬਿਲਕੁਲ ਅੱਲਾ ਖੈਰ ਠੀਕ ਚਲੋ